ਜਿਹਦੇ ਨਾਲ ਸਾਡੀ ਲੜਾਈ ਹੋਈ ਸੀ ਉਹ ਬੰਦਾ ਮਰ ਚੁੱਕਿਆ ਹੈ। 5 ਸਾਲ ਦੀ ਤੇ ਸਿਰਫ ਕਲਮ ਕਰਨ ਦੀ ਸਜ਼ਾ ਹੋਈ ਆ। ਜੋ ਵਕੀਲ ਨਾਲ ਗੱਲ ਕਰਦੇ ਸੀਗੇ ਉਹ ਸਾਨੂੰ ਕਹਿੰਦਾ ਸੀ ਸਾਨੂੰ 1 ਮਿਲੀਅਨ ਡਾਲਰ ਚਾਹੀਦਾ। ਉਹ ਪੰਜਾਬੀਆਂ ਦਾ ਨਾਮ ਪਤਾ ਜਿਨ੍ਹਾਂ ਦੇ ਸਿਰ ਕਲਮ ਕੀਤੇ ਸੀ? ਹਾਂਜੀ ਜੀ, ਇੱਕ ਮੇਰੇ ਵੀਰ ਦਾ ਨਾਮ ਹਰਜੀਤ ਸਿੰਘ, ਉਹ ਵੀਰ ਮੇਰੇ ਦੁਰਾਹੇ ਤੋਂ ਸੀਗੇ। ਦੂਜਾ ਵੀ ਸਤਵਿੰਦਰ ਸਿੰਘ, ਉਹ ਹੁਸ਼ਿਆਰਪੁਰ ਤੋਂ ਸੀ। 1 ਮਹੀਨੇ ਪਹਿਲਾਂ ਉਹਨਾਂ ਦੀ ਸਿਰ ਕਲਮ ਹੋਈ। ਫਿਰ ਮੇਰੇ ਨਾਲ ਹੌਲੀ ਹੌਲੀ ਸਾਰੇ ਚੈਨਲ, ਮੇਰੇ ਕਾਨਫਰੰਸਾਂ ਦੇ ਵਿੱਚ ਸਾਰੇ ਪੱਤਰਕਾਰ ਵੀਰ ਮੇਰੇ ਨਾਲ ਜੁੜਦੇ ਰਹੇ। ਮੇਰੀ ਸਰਕਾਰ ਪੰਜਾਬ ਦੀ ਜਾਂ ਸਰਕਾਰ ਸੈਂਟਰ ਦੀ ਕਿਸੇ ਤੋਂ ਵੀਰ ਜੀ ਮੈਨੂੰ ਕੋਈ ਹੈਲਪ ਨਹੀਂ। ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ, ਮੈਂ ਨਿਸ਼ਾਨ ਸਿੰਘ। ਦਰਸ਼ਕੋ, ਅੱਜ ਅਸੀਂ ਪਹੁੰਚੇ ਹਾਂ ਪਿੰਡ ਮੱਲਣ, ਜੋ ਕਿ ਮੁਕਤਸਰ ਦੀ ਧਰਤੀ ਤੇ ਪੈਂਦਾ ਹੈ। ਸੋ ਜਿੱਥੇ ਕਿ ਵੀਰ ਸਾਡੇ ਨਾਲ ਬਲਵਿੰਦਰ ਸਿੰਘ ਬੈਠੇ ਨੇ, ਜਿਹਨੇ ਮੌਤ ਨੂੰ ਹਰਾ ਕੇ ਸਾਊਦੀ ਅਰਬ ਦੇ ਵਿੱਚ ਪਹੁੰਚੇ ਨੇ ਪੰਜਾਬ ਦੇ ਵਿੱਚ। ਸੋ ਵੀਰ ਪਰਸੋਂ ਹੀ ਇਸ ਪੰਜਾਬ ਦੇ ਦੀ ਧਰਤੀ ਤੇ ਪਹੁੰਚੇ ਨੇ। ਸੋ ਦਰਸ਼ਕੋ, ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ, ਜੋ ਕਿ ਇੱਕ ਬਹੁਤ ਵੱਡੀ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਹੈ ਕਿ ਸਾਊਦੀ ਅਰਬ ਦੀ ਸਰਕਾਰ ਵੱਲੋਂ ਕੁਛ ਝਗੜੇ ਨੂੰ ਲੈ ਕੇ ਵੀਰ ਨੂੰ ਸਿਰ ਕਲਮ ਕਰਨ ਦੀ ਇੱਕ ਸਜ਼ਾ ਦਿੱਤੀ ਸੀ। ਸੋ ਉੱਥੋਂ ਦੀ ਸਰਕਾਰ ਨੇ ਜਾਂ ਤਾਂ 2 ਕਰੋੜ ਰੁਪਏ ਦੀ ਮੰਗ ਕੀਤੀ ਸੀ ਭਾਰਤ ਦੀ ਕਰੰਸੀ ਦੀ। ਸੋ ਗੱਲਬਾਤ ਕਰਦੇ ਹਾਂ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਬਲਵਿੰਦਰ ਸਿੰਘ ਜੀ, ਤੁਹਾਡਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰ ਅਦਾ ਕਰਦਾ ਹਾਂ, ਤੁਸੀਂ ਮੇਰੀ ਆਵਾਜ਼ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਇਆ। ਹੋਰ ਮੇਰੇ ਵੀਰਾਂ ਨੇ, ਪੱਤਰਕਾਰਾਂ ਨੇ ਵੱਡੀਆਂ ਵੱਡੀਆਂ ਕਾਨਫਰੰਸਾਂ ਕਰਕੇ ਮੇਰੀ ਆਵਾਜ਼ ਆ ਜਿਹੜੀ, ਜਿੰਨੇ ਵੀ ਮੇਰੇ ਵੀਰ ਚੈਨਲ, ਜਿੰਨੇ ਵੀ ਮੇਰੇ ਨਾਲ ਜੁੜਿਆ, ਸਭ ਵੀਰਾਂ ਦਾ ਮੈਂ ਬਹੁਤ ਹੀ ਬਹੁਤ ਸ਼ੁਕਰ ਅਦਾ ਕਰਦਾ ਹਾਂ ਕਿ ਮੇਰੀ ਕਾਲ ਕੋਠੜੀ ਦੇ ਵਿੱਚ ਬੈਠੇ ਦੀ ਆਵਾਜ਼ ਇੱਕ ਰਿਕਾਰਡਿੰਗ ਦੇ ਉੱਤੇ ਸਾਰੀ ਦੁਨੀਆ ਤੱਕ ਪਹੁੰਚਾਈ। ਜੀ ਵੀਰੇ, ਤੇ ਵੀਰ ਬਲਵਿੰਦਰ ਸਿੰਘ ਜੀ, ਸਭ ਤੋਂ ਫਸਟ ਸਵਾਲ ਹੈ ਕਿ ਜਦੋਂ ਤੁਸੀਂ ਪੰਜਾਬ ਦੀ ਧਰਤੀ ਤੋਂ ਸਾਊਦੀ ਅਰਬ ਦੇ ਵਿੱਚ ਗਏ ਹੋ, ਉਹ ਕਿਹੜੇ ਸਮੇਂ ਦੀ ਗੱਲ ਹੈਗੀ ਹੈ ਜੀ? ਸ਼ੋਰਟ ਦੇ ਵਿੱਚ ਹੀ ਗੱਲ ਕਰਾਂਗੇ ਆਪਾਂ। 2008 ਦੇ ਵਿੱਚ 14 ਜੂਨ ਨੂੰ ਮੈਂ ਸਾਊਦੀ ਅਰਬ ਦੇ ਵਿੱਚ ਗਿਆ। ਜੀ ਵੀਰ ਜੀ, ਤੇ ਵੀਰ ਜੀ, ਜਦੋਂ ਇਹ ਘਟਨਾ ਜਿਹੜੀ ਵਾਪਰੀ ਹੈ, ਉੱਥੇ ਤੁਹਾਡੇ ਰਹਿੰਦੇ ਹੋਇਆ ਕੰਮ ਕਾਰ ਕਰਦੇ ਆ, ਇਹ ਕਦੋਂ ਦੀ ਗੱਲ ਹੈਗੀ ਹੈ? ਇਹ ਵੀਰ ਜੀ 2013 ਦੀ 26 ਮਈ ਦੀ ਗੱਲ ਆ। ਤੇ ਵੀਰ ਬਲਵਿੰਦਰ ਸਿੰਘ ਜੀ, ਕੀ ਘਟਨਾ ਵਾਪਰੀ ਸੀਗੀ? ਵੀਰ ਜੀ, ਇੱਕ ਨੋਰਮਲ ਝਗੜਾ ਹੋਇਆ ਸਾਡਾ ਉੱਥੇ। ਝਗੜੇ ਦੇ ਵਿੱਚ ਮੇਰੇ ਉੱਤੇ ਵਾਰ ਕੀਤਾ ਗਾ, ਮੈਂ ਆਪਦੇ ਸੈਲਫ ਡਿਫੈਂਸ ਵਾਸਤੇ, ਆਪਣੇ ਬਚਾਓ ਵਾਸਤੇ ਜੀ ਉਹਨੂੰ ਰੋਕਿਆ ਗਾ। ਉਦੋਂ ਬਾਅਦ ਮੇਰੇ ਕਫਲ ਨੂੰ ਬੁਲਾਇਆ, ਉਹਨੂੰ ਕਿਹਾ ਵੀ ਭਾਈ ਪੁਲਿਸ ਵੀ ਲੈ ਕੇ ਆਇਆ, ਇਹਨੂੰ ਵੀ ਲੈ ਆ ਤੇ ਮੈਨੂੰ ਵੀ ਨਾਲ ਲੈ ਆ, ਜਿਹਦੀ ਗਲਤੀ ਹੋਊਗੀ ਉਹ ਉਹਨਾਂ ਨੇ ਦੇਖ ਲੈਣੀ। ਜੀ ਵੀਰ, ਉਸ ਤੋਂ ਬਾਅਦ ਵੀਰ ਜੀ ਮੇਰਾ ਕਫਿਲ ਉੱਥੇ ਆਇਆ ਗਾ, ਉਹਨੇ ਮੈਨੂੰ ਕਿਹਾ ਤੁਸੀਂ ਸਾਈਡ 'ਤੇ ਹੋਇਆ, ਕੋਈ ਗੱਲ ਨਹੀਂ, ਉਹਦਾ ਵੀ ਉੱਥੇ ਜ਼ੋਰ ਚੱਲਦਾ ਸੀਗਾ ਉਸ ਟਾਈਮ ਦੇ ਉੱਤੇ, ਅਤੇ ਉਹਨੇ ਮੈਨੂੰ ਸਾਈਡ 'ਤੇ ਕਰਕੇ 10-15 ਮਿੰਟਾਂ ਬਾਅਦ ਉੱਥੇ ਐਂਬੂਲੈਂਸ ਵੀ ਆ ਗਈ, ਪੁਲਿਸ ਵੀ ਆ ਗਈ ਆ, ਉਹ ਉਹਨੂੰ ਲੈ ਕੇ ਚਲੇ ਗਏ ਨੇ, ਪਰ ਉਹਨੂੰ ਕੁਛ ਵੀ ਨਹੀਂ ਹੋਇਆ ਸੀਗਾ ਵੀਰ ਜੀ। ਵੀਰ ਜੀ, ਇੱਥੇ ਤੁਸੀਂ ਜਿੱਥੇ ਕੰਮ ਕਰਦੇ ਸੀਗੇ, ਕਾਹਦਾ ਕੰਮ ਕਰਦੇ ਸੀਗੇ? ਵੀਰ ਜੀ, ਉੱਥੇ ਮੈਂ ਡਰਾਈਵਰ ਸੀਗਾ ਅਤੇ ਨਾਲ ਮੈਂ ਉੱਥੋਂ ਦੀ ਜਿਹੜੀ ਕੰਪਨੀ ਸੀਗੀ ਉਹਦੇ ਵਿੱਚ ਜਿੰਨਾ ਵੀ ਗੱਡੀਆਂ ਦਾ ਕੰਮ ਕਰ ਸੀਗਾ, ਉਹ ਮੈਂ ਟਾਇਰ ਲਿਆਉਣੇ ਜਾਂ ਲੈਦਰ ਲੂਦਰ ਪਰ ਜੋ ਵੀ ਕੰਮ ਕਰਦਾ ਸੀਗਾ ਉਹਦਾ ਮੈਂ ਕੰਪਨੀ ਦੇ ਵਿੱਚ ਇੱਕ ਵਰਕਸ਼ਾਪ ਸੀਗੀ। ਇਸ ਤਰ੍ਹਾਂ ਵਰਕਸ਼ਾਪ ਸਾਡੀ ਕੰਪਨੀ ਦੇ ਵੀਰ ਜੀ। ਅੱਛਾ, ਵਰਕਸ਼ਾਪ ਸੀ। ਹਾਂਜੀ, ਉੱਥੇ। ਤੇ ਵੀਰ ਜੀ, ਬਲਵਿੰਦਰ ਸਿੰਘ ਜੀ, ਇਹ ਜਗ੍ਹਾ ਦਾ ਨਾਮ ਕੀ ਸੀਗਾ ਸਾਊਦੀ ਅਰਬ ਦੇ ਵਿੱਚ? ਸਾਊਦੀ ਅਰਬ ਦੇ ਵਿੱਚ ਉੱਥੋਂ ਜਿਹੜੀ ਰਾਜਧਾਨੀ ਆ ਉਹਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਸੀ ਅਜੀਜ਼ੀਆ, ਦਰਵੇਦਾ ਅਜੀਜ਼ੀਆ, ਸੁਖ ਜਮਲ ਰੋਡ ਕਹਿੰਦੇ ਆ ਇਹਨੂੰ। ਅਜੀਜ਼ੀਆ ਦਰਵੇਦਾ, ਦਰਵੇਦਾ ਉਹਦੇ ਬੈਕ ਸਾਈਡ ਤੇ ਆ ਕੇ ਸੁਖ ਜਮਲ ਇਹ ਰੋਡ ਆ, ਉੱਥੇ ਸਾਡੀ ਕੰਪਨੀ ਨੇ ਇੱਕ ਵਰਕਸ਼ਾਪ ਖੋਲੀ ਹੋਈ ਸੀ। ਜੀ ਵੀਰੇ, ਤੇ ਵੀਰ ਜੀ, ਜਦੋਂ ਇਹ ਪੁਲਿਸ ਕੇਸ ਤੁਹਾਡਾ ਬਣ ਚੁੱਕਿਆ ਸੀਗਾ, ਤੇ ਤੁਹਾਨੂੰ ਫਿਰ ਉਹ ਕਦੋਂ ਤੋਂ ਲੈ ਕੇ ਕਦੋਂ ਤੱਕ ਜੇਲ੍ਹ ਦੇ ਵਿੱਚ ਰੱਖਿਆ ਗਿਆ? ਵੀਰ ਜੀ, ਮੈਨੂੰ 25, 26, 28 ਮਈ ਨੂੰ ਪਹਿਲਾਂ ਥਾਣੇ ਦੇ ਵਿੱਚ 2 ਮਹੀਨਾ ਰੱਖਿਆ ਗਿਆ, 28 ਮਈ ਤੋਂ ਲੈ ਕੇ 2 ਮਹੀਨੇ। ਸਨ ਕਿਹੜਾ ਸੀਗਾ ਵੀਰ ਜੀ? ਸਨ 2013 ਵੀਰ ਜੀ। ਅੱਛਾ, 2013 ਦੀ ਗੱਲ ਹੈ ਇਹ? 2013 ਦੀ ਘਟਨਾ ਜੀ। ਜੀ ਜੀ, ਮੈਂ 2013 ਤੋਂ ਲੈ ਕੇ 2023 ਦੇ 9ਵੇਂ ਮਹੀਨੇ ਦੀ 7 ਤਰੀਕ ਤੱਕ ਜੇਲ੍ਹ ਦੇ ਵਿੱਚ ਮੈਨੂੰ ਰੱਖਿਆ ਗਿਆ। ਜੀ ਜੀ। ਅੱਛਾ, 2013 ਤੋਂ ਲੈ ਕੇ 2023 ਦੀ 7 ਤਰੀਕ ਤੱਕ ਮੈਨੂੰ ਜੇਲ੍ਹ ਦੇ ਵਿੱਚ ਉੱਥੇ ਰੱਖਿਆ ਗਿਆ। ਤੇ ਵੀਰ ਬਲਵਿੰਦਰ ਸਿੰਘ ਜੀ, ਜਦੋਂ ਤੁਹਾਡੀ ਸੁਣਵਾਈ ਹੁੰਦੀ ਸੀ ਅਦਾਲਤ ਦੇ ਵਿੱਚ,
जो गलबात हुई उस परिवार के नाल जिन्हों का जिन्हों का एक बंदा मर चुका सीगा उसे की फैसला दसिया सी जिस तरह तुहानू सुनाया सीगा वीर जी। पहला तो सानू 2.5 साल पता नहीं लग्या सी वी साडे हथों जिदन साडी लड़ाई हुई सी उह बंदा मर चुका है। तो जो 5.5 साल बाद मैं उन्होंने सजा सुनाई उत्थे सिर कलम करन दी उस टाइम के उत्ते उन्होंने मैनू 1 महीने के बाद एक पेपर दिता गा जिदे विच जिहड़ा मेरा नाल दा साथी सीगा उहनू 3.5 साल की सज़ा हुई आ ते मैनू 5 साल की ते सिर कलम करन की सज़ा हुई आ ते नाल जदों उहदा बच्चा वड्डा होगा जी जी उदू बाद दूसरा हुक्म किया जाऊगा। उन्होंने कहा भी तुसीं कर सकदे हो उन्होंने घरदिआं दे नाल समझौते की गल करो। अच्छा तुहानू इह गल कही गई? हाँ जी असी उन्हां दा वकील अंबैसी वालों दिता हुआ सी उह उन्हां दा केस लड़ रहा सीगा जी 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 असी उह वकील नाल गल करदे सीगे तो उह सानूं कहिंदा सी सानूं 1 मिलियन डॉलर चाहीदा। हुण वीर जी 1 मिलियन डॉलर उत्थों दा 37.5 लाख रियाल बनदा गा उहदी सानूं देण दी हिम्मत है नहीं सी। ते बाद चो वापस आ के जदों मैनूं इह सज़ा हुई आ मैं अपने वार्ड दे विच गया गा वार्ड दे विच जा के उत्थे इक वीर मेरे लक्की गुरदासपुर जिन्हां ने मेरा अंदर जगाया उन्होंने कहा तू इत्थे तेरा सिर कलम हो जाना हैगा। साढ़े 2 पंजाबियों दा उत्थे सिर कलम होया। हाँ जी उन्हां दी हजे तक देहां इत्थे नहीं पहुंचियां। 2 पंजाबियों दा नाम पता जिन्हां दे सिर कलम? हाँ जी जी एक मेरे वीर दा नाम हरजीत सिंह उह वीर मेरे दुराहे तों सीगे दूजा वीर सतविंदर सिंह ਹੁਸ਼ਿਆਰਪੁਰ ਤੋਂ ਸੀ। ਉਹ ਕਿਹੜੇ ਸਨ ਦੀ ਗੱਲ ਹੈਗੀ ਹੈ? ਇਹ 2018 ਦੇ ਵਿੱਚ ਉਹਨਾਂ ਦੇ ਸਿਰ ਕਲਮ ਹੋਏ। ਓਹੋ ਮੈਂ ਮੇਰਾ ਕੇਸ ਹੋਣ ਤੋਂ ਪਹਿਲਾਂ ਜਦੋਂ ਮੈਨੂੰ ਹੁਕਮ ਹੋਇਆਗਾ ਹੁਕਮ ਹੋਣ ਤੋਂ ਪਹਿਲਾਂ 3 ਕੁ ਮਹੀਨੇ ਪਹਿਲਾਂ ਉਹਨਾਂ ਦੇ ਸਿਰ ਕਲਮ ਹੋਏ ਨੇ। ਅੱਛਾ ਬਲਵਿੰਦਰ ਸਿੰਘ ਜੀ ਜਿਸ ਤਰ੍ਹਾਂ ਤੁਹਾਡੇ ਕੋਲੋਂ ਅਮਰੀਕੀ ਡਾਲਰ 1 ਲੱਖ ਡਾਲਰ ਮੰਗ ਲਿਆ ਸੀਗਾ ਐਵੇਂ? ਹਾਂਜੀ ਹਾਂਜੀ ਤੇ ਉਹ ਜਿਹੜਾ ਉੱਥੋਂ ਦਾ ਕਿੰਨਾ ਬਣਦਾ ਸੀਗਾ ਰਿਆਲ ਕਿੰਨਾ ਬਣਦਾ ਸੀਗਾ? 37.5 ਲੱਖ ਰੁਪਏ 37.5 ਲੱਖ ਰਿਆਲ ਬਣਦਾ ਸੀ। 37.5 ਲੱਖ ਰਿਆਲ ਬਣਦਾ ਸੀ ਤੇ ਫਿਰ ਆਪਾਂ ਉਸ ਦੇ ਹਿਸਾਬ ਨਾਲ ਤਾਂ ਪੇਮੈਂਟ ਇੰਡੀਆ ਦੀ ਬਹੁਤ ਜ਼ਿਆਦਾ ਬਣਦੀ ਸੀ ਹਨਾ? ਬਹੁਤ ਜ਼ਿਆਦਾ ਬਣਦੀ ਸੀ ਪੇਮੈਂਟ। ਤੇ ਫਿਰ ਆਪਾਂ ਨੂੰ ਕਿੰਨੇ ਆਪਾਂ ਨੂੰ ਉਹਨਾਂ ਨੇ ਕਿੰਨੇ ਘੱਟ ਕੀਤੇ ਫਿਰ? ਨਹੀਂ ਵੀਰ ਜੀ ਉਹਨਾਂ ਨੇ ਘੱਟ ਨਹੀਂ ਕੀਤੇ ਜਦੋਂ ਮੇਰੇ ਵੀਰ ਲੱਕੀ ਨੇ ਮੈਨੂੰ ਕਿਹਾ ਵੀ ਤੂੰ ਆਪਣੀ ਆਵਾਜ਼ ਆਪਣੇ ਪੰਜਾਬ ਤੱਕ ਪਹੁੰਚਾ। ਜੀ ਵੀਰ ਆਪਣੇ ਵੀਰਾਂ ਤੱਕ ਜਿਹੜੇ ਦੇਸ਼ ਪ੍ਰਦੇਸ਼ਾਂ ਦੇ ਵਿੱਚ ਰਹਿੰਦੇ ਨੇ ਉੱਥੋਂ ਤੱਕ ਪਹੁੰਚਾ ਕਿਉਂਕਿ ਵੀਰ ਮੈਨੂੰ 5.5 ਸਾਲ ਹੋ ਗਏ ਸੀ ਉੱਥੋਂ ਦਾ ਜਿਹੜਾ ਕਾਨੂੰਨ ਆ ਵੀ 5 ਸਾਲਾਂ ਦੇ ਵਿੱਚ ਜੇ ਪੈਸਾ ਨਹੀਂ ਆਉਂਦਾ ਹੈਗਾ ਬੰਦੇ ਨੂੰ ਸਜ਼ਾ 5 ਸਾਲ ਦਿੰਦੇ ਆ ਉਹ ਉਦੋਂ ਬਾਅਦ ਉਹਦੀ ਸਿਰ ਕਲਮ ਕਰਦੇ ਜਿਹੜੀ ਉੱਥੋਂ ਦੀ 2 ਸਜ਼ਾਵਾਂ ਆਈਆਂ। ਅੱਛਾ ਜਦੋਂ ਸਜ਼ਾ ਸੁਣਾਉਂਦੇ ਆ ਉਸ ਤੋਂ ਬਾਅਦ 5 ਸਾਲ ਦਾ ਸਮਾਂ ਮਿਲਦਾ ਹੈ? 5 ਸਾਲ ਦੇ ਤੱਕ ਤੁਸੀਂ ਸਮਝੌਤਾ ਕਰ ਸਕਦੇ ਹੋ। ਜੇ 5 ਸਾਲ ਦੇ ਵਿੱਚ ਸਮਝੌਤਾ ਹੋ ਗਿਆ ਪੇਮੈਂਟ ਹੋ ਗਈ ਫਿਰ ਸਿਰ ਕਲਮ ਨਹੀਂ ਕੀਤਾ ਜਾਂਦਾ? ਫਿਰ ਸਿਰ ਕਲਮ ਨਹੀਂ ਕੀਤਾ ਜਾਂਦਾ। ਅੱਛਾ ਅੱਛਾ ਠੀਕ ਹੈ ਫਿਰ ਕਿਵੇਂ? ਮੇਰੀ ਦੇਖੋ ਮੇਰੇ ਮਾਲਕ ਨੇ ਉਮਰ ਵਧਾਈ ਹੋਈ ਸੀਗੀ ਜੀ ਜੀ ਤੇ ਮੈਂ ਜਿਹੜੀ ਸੇਵਾ ਮੇਰੇ ਪੰਜਾਬ ਤੋਂ ਮੇਰੇ ਪੰਜਾਬੀ ਵੀਰਾਂ ਤੋਂ ਮੇਰੇ ਦੇਸ਼ ਪ੍ਰਦੇਸ਼ ਵੀਰਾਂ ਤੋਂ ਮੇਰੇ ਜਿੰਨੇ ਵੀ NRI ਚੈਨਲ ਮੇਰੇ ਚੈਨਲ ਵੀਰਾਂ ਤੋਂ ਮੰਗੀ ਤਾਂ ਵੀਰ ਜੀ ਉੱਥੇ ਬੈਠਾ ਜਦੋਂ ਇਹ ਸਾਰਾ ਕੁਝ ਚੱਲਦਾ ਰਿਹਾ ਤਾਂ ਵੀਰ ਲੱਕੀ ਨੇ ਕਿਹਾ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਤੂੰ ਵੀਰਾਂ ਤੋਂ ਆਪਣਾ ਤੂੰ ਸੇਵਾ ਮੰਗ ਤੇ ਮੈਂ ਆਪਣੇ ਮਾਂ ਤੇ ਮੇਰੇ ਵੀਰ ਜੋਗਿੰਦਰ ਨੂੰ ਫੋਨ ਕੀਤਾ ਵੀ ਦੇਖੋ ਇੱਥੇ 5 ਸਾਲ ਦਾ ਸਮਾਂ ਹੁੰਦਾ ਮੈਨੂੰ 5.5 ਸਾਲ ਹੋ ਚੁੱਕੇ ਨੇਗੇ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਸਰਕਾਰਾਂ ਵੱਲੋਂ ਮੈਨੂੰ ਕੋਈ ਵੀ ਹੈਲਪ ਨਹੀਂ ਮਿਲ ਰਹੀ ਤੇ ਤੁਸੀਂ ਇੱਥੇ ਕਾਨਫਰੰਸਾਂ ਕਰੋ ਸਰਕਾਰਾਂ ਨੂੰ ਜਗਾਓ ਜਿਹੜੀਆਂ ਸੁੱਤੀਆਂ ਪਈਆਂ ਨੇ ਤੇ ਇਹਨਾਂ ਨੇ ਕਾਨਫਰੰਸਾਂ ਕੀਤੀਆਂ ਤੇ ਫਿਰ ਮੇਰੇ ਨਾਲ ਹੌਲੀ ਹੌਲੀ ਸਾਰੇ ਚੈਨਲ ਮੇਰੇ ਕਾਨਫਰੰਸਾਂ ਦੇ ਵਿੱਚ ਸਾਰੇ ਪੱਤਰਕਾਰ ਵੀਰ ਮੇਰੇ ਨਾਲ ਜੁੜਦੇ ਰਹੇ ਤਾਂ ਉਹਦੇ ਵਿੱਚ ਇੱਕ ਯਕੂਬ ਖਾਨ ਜੀ ਐਡਵੋਕੇਟ ਆ ਰਾਜਸਥਾਨ ਦੇ ਜੀ ਵੀਰੇ ਉਹਨਾਂ ਨੇ ਨੰਬਰ ਦਿੱਤਾ ਬਾਹਰ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਗੱਲ ਕਰੋ ਮੈਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਮੈਨੂੰ ਉੱਥੋਂ ਪਾਵਰ ਆਫ ਅਟਾਰਨੀ ਮੰਗਾ ਕੇ ਦਿਓ ਇੰਡੀਆ ਦੇ ਵਿੱਚੋਂ ਕਿਉਂਕਿ ਉੱਥੋਂ ਦੀ ਐਮਬੈਸੀ ਦਾ ਸਾਨੂੰ ਕੋਈ ਫਾਇਦਾ ਨਹੀਂ ਜੇ ਅਸੀਂ ਪਾਵਰ ਆਫ ਅਟਾਰਨੀ ਬਣਾਉਣੀ ਆ ਤਾਂ ਇੱਥੋਂ ਇੰਡੀਆ ਤੋਂ ਬਣਾ ਕੇ ਭੇਜਣੀ ਪੈਂਦੀ ਹੈ ਤੇ ਮੈਂ ਵੀਰੇ ਉਹਨਾਂ ਦੀ ਪਾਵਰ ਆਫ ਅਟਾਰਨੀ ਬਣਾ ਕੇ ਦਿੱਤੀ ਆ ਜੀ ਤੇ ਉਦੋਂ ਬਾਅਦ ਉਹਨਾਂ ਨੇ ਮੇਰਾ ਕੇਸ ਲੜਾਇਆ ਗਾ ਤੇ 5.5 ਸਾਲ ਤੋਂ ਬਾਅਦ 3 ਕੁ ਸਾਲ ਜੀ ਜੀ ਮੇਰਾ ਕੇਸ ਉੱਤੇ ਉਹਨਾਂ ਨੇ ਲੜਿਆ ਉਹ ਮੈਨੂੰ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਘੱਟ ਤੋਂ ਘੱਟ ਪੈਸੇ ਦੇ ਵਿੱਚ ਇੱਥੋਂ ਲੈ ਕੇ ਜਾਵਾਂਗੇ ਆਖਿਰ ਹੁੰਦੇ ਹੋਂਦੇ ਉਹਨਾਂ ਨੇ ਵੀਰ ਜੀ ਉਹਨਾਂ ਦੇ ਨਾਲ 1 ਮਿਲੀਅਨ ਦੇ ਵਿੱਚ ਗੱਲ ਮੁਕਾਈ ਜੀ ਜੀ 1 ਮਿਲੀਅਨ ਉਸ ਟਾਈਮ ਦੇ ਉੱਤੇ 2 ਕਰੋੜ ਤੋਂ ਉੱਤੇ ਬਣਦਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਇੰਨੇ ਮੈਂ ਪੈਸੇ ਕਿੱਥੋਂ ਲਿਆਉਣੇ ਆ ਤੇ ਇੱਥੇ ਜਿੰਨੇ ਵੀ ਮੇਰੇ ਪੰਜਾਬੀ ਵੀਰਾਂ ਜਦੋਂ ਮੇਰੀ ਖਬਰ ਸੁਣੀ ਉੱਥੇ ਗੱਲਾਂ ਚੱਲਦੀਆਂ ਸੀਗੀਆਂ 1 ਮਿਲੀਅਨ ਰਿਆਲ ਦੀਆਂ ਤਾਂ ਉਹਨਾਂ ਨੇ ਇੱਥੇ ਮੇਰੇ ਵੀਰਾਂ ਨੂੰ ਕਿਹਾ ਕਿ ਮੇਰਾ ਇੱਕ ਅਕਾਊਂਟ ਖੁਲਵਾਇਆ ਮੇਰੀ ਮਾਤਾ ਜੀ ਦੇ ਨਾਂ ਤੇ ਉਹ ਅਕਾਊਂਟ ਦੇ ਵਿੱਚ ਪੇਮੈਂਟ ਜਮ੍ਹਾਂ ਹੋਣੀ ਸ਼ੁਰੂ ਹੋ ਗਈ ਹੈ ਜੀ ਜੀ
हौली हौली होंदे होंदे साढ़े 3 साल बाद एक गल निबड़ी, उन्होंने 1 मिलियन देने की उहदे विच 8 लख तक उत्थों दा जिहड़ा मेरा अरबाब सी उहने कहा भी तुसीं इकट्ठा करो तो 2 लख मैं दूंगा। उन्होंने मैनू 6 महीने का टाइम दिया। रबाब कौन होंगे? रबाब भी जो मालिक होंगे उतों का। अच्छा अच्छा। उतों का मालिक सी। उन्होंने 6 महीने का टाइम दिता जी। सब तो पहला तो उत्थे मेरा 3.5 महीने तक अकाउंट ही नहीं खुलिया जी। उत्थे पवन सारा एक अंबेसी काम करते वीर मेरे राजकुमार जी से उन्होंने मदद न मेरा अकाउंट खुल गया उत्थे जी। वीर उदू बाद 8 लख रुपया इतों उत्थे पहुंच चुकया सीगा। फिर मैनू एक उत्थे अकाउंट खुलाने वास्ते पैसा ट्रांसफर करने वास्ते एक इंडियन गवर्नमेंट तो एक अकाउंट चाहिए सीगा। जेड़ा वीर जी इतों उतों की गवर्नमेंट ने भी मैं थोड़ा टाइम लाता, मैं अकाउंट मैनू नहीं मिल रहा सीगा। फिर मैनू उत्थे एक अकाउंट खुलाना पाया उन्होंने जेड़ा उन्होंने गवर्नमेंट का अकाउंट है। अच्छा जी। क्योंकि इतों डायरैक्ट पैसे नहीं जा रहे थे। हाँ जी वीर। तो उत्थों का जो अकाउंट खिलाया वह अकाउंट के 8 लख इतों पहुँच गया। 2 लख जो मेरा वादा किया मेरे मालिक ने वह भी उन्हें उत्थे वह मुकर गया। कहना भी मैं नहीं दे सकता कभी। कहना मैं पैसे पाए ने, पैसे तो हम उत्थे अकाउंट खुलिया हुआ, जो पैसे आने तो पता लगे भी अकाउंट के पैसे आए हैं, पर वो सब कुछ झूठ बोल रहा। तुहाड़ा मालिक मुकर गया? मालिक मुकर गया। फिर मेरे दिलवाग वीर जी मैं गल की उत्थे जो बैठे आ उन्होंने मैंने यही कही देख असं सारे पंजाब नाल जुड़ चुके हैं, देश प्रदेशों में जुड़ चुके हैं, सारे पासों सानू हैल्प आ रही है। जिते 8 लख भरया असी 2 लख भी करके दे देना, पर तू उत्थे उन्होंने अगे हमी भर दे भी पैसा आ जाना है। तो देखो जी मैं उन्होंने गल मनी क्योंकि जोड़ा भी करता धरता मेरे बाहर से जो भी होंगे सी मैं उन्होंने नाल ही करता से वो मेरे नाल कॉन्फ्रेंस थ्रू उत्थे जुड़ चुकी सी। तो उत्थे असी 1 मिलियन अज तो 1 साल 3-4 महीने पहला भर चुके सी जी। तो उन्होंने कहा 2 दिन के बाद तुसी अपना बंदा लैके चले जायो जी जी। तो वो 2 दिन होंदे होंदे 1 साल 3-4 महीने भी जी मैं उत्थे ला के आ गया जी। पैसे भरन तो बाद भी किसी अंबैसी तो जां मेरी सरकार पंजाब दी जां सरकार सेंटर दी किसी तो भी जी मैनू कोई हेल्प नहीं मिली। नहीं जिस तरह वीरे पैसे कट्ठे तुहाडे जिहड़े 2 करोड़ रुपए कद केड़ी तरीक नूं हो चुके सीगे? वीर जी मैनू तरीक नहीं पता है। सन की गल करिए, सन की सन यानी ला लो 2023 चल रहा है, जिवे हुण 23 है, 2021 दे लास्ट दे विच मेरे पैसे इकट्ठे हो चुके सी। अच्छा 2021 दे लास्ट विच अपने जिहड़ी पेमेंट सी जिहड़ी आपां पेड करनी सीगी हो गई सी? हां जी, उह उत्थे पहुंच चुकी सीगी। ते वीर जी जिस तरह 2 करोड़ पेमेंट सीगी कल्ले पंजाब ने तां नहीं दित्ती, बाकी देशां दे विचों वी पेमेंट पई है तुहाडे खाते च? हाँ जी वीर जी, सारे मेरे NRI वीर जिन्हें भी बाहर वसते ने पंजाब दे विच, मैं सारे कहिंदा सारी साध संगत जिन्हें भी साडी पंजाबी देखो पंजाब तो बिना दूजियां स्टेटां दे विच सारिया ने मेरी ये पेमेंट इकट्ठी करके। वीर जी जिस तरह इन्नी वड्डी पेमेंट इकट्ठी करनी है किस किस दी ताकत तुसीं समझदे हो? मैं मेरे वाहिगुरु की ताकत समझदा। उदू बाद मेरी जिन्नी भी सिख कौम जिन्हां ने मेरी आवाज़ कोने कोने तक पहुँचाई मेरी इन्नी पेमेंट इकट्ठी हुई। नहीं मेरे इन्नी हिम्मत है नहीं सी भी मैं इन्नी पेमेंट इकट्ठी कर लैंदा। ये वीर जी जिहड़ा तुहाडा ये फैसला लास्ट होया सीगा, लास्ट वाली तरीक दस्सिया जी जदों 2 करोड़ जिहड़ी पेमेंट सीगी आपां उन्हां नूं पेमेंट कीती सीगी, जदों लास्ट फैसला हो चुक्या सी जदों तुहानूं फाइनल करता कदों दी हैगी आ? ये वीर जी 2021 में मेरे को अरबी का रिकॉर्ड पाया 2021 दी लास्ट, यानी 1 साल 3-4 महीने दीआं महीने दे विच 2021 ਦੇ ਵਿੱਚ 21 ਦੇ ਵਿੱਚ ਤੁਹਾਡਾ ਜਿਹੜਾ ਫੈਸਲਾ ਹੋ ਗਿਆ ਸੀਗਾ। ਹਾਂਜੀ ਹਾਂਜੀ। ਕਿਹੜੇ ਮਹੀਨੇ ਚ ਹੋਇਆ ਜੀ? ਵੀਰ ਜੀ ਮਹੀਨਾ ਹਾਂਜੀ ਆਪਣਾ ਇੰਡੀਆ ਦਾ 2019 2019 ਦੇ ਵਿੱਚ ਹੀ ਫੈਸਲਾ। ਅੱਛਾ 2019 ਦੇ ਵਿੱਚ ਤੁਹਾਡਾ ਫੈਸਲਾ ਕੰਪਲੀਟ ਹੋ ਚੁੱਕਿਆ ਸੀ? ਕੰਪਲੀਟ ਹੋ ਚੁੱਕਿਆ ਸੀ। ਅੱਛਾ ਉਸ ਤੋਂ ਬਾਅਦ 2-3 ਸਾਲ ਹੋਰ ਪੈ ਗਏ ਸੀ ਤੁਹਾਨੂੰ ਉੱਥੇ? ਹਾਂਜੀ ਠੀਕ ਹੈ। ਇਹ ਫੈਸਲਾ ਜਿਹੜਾ ਹੋਇਆ ਸੀਗਾ, ਸੌਰੀ ਮੈਂ ਮਾਫੀ ਮੰਗਦਾ ਹੈਗਾ ਵੀ ਯਾਨੀ ਅੱਜ ਤੋਂ 1 ਸਾਲ 3-4 ਮਹੀਨੇ ਪਹਿਲਾਂ उन्होंने डिमांड की है। तो उदू 6 महीने पहला यानी 2023 चल रहा है, 23, 22, 21, 19, 20, 21 दे विच। अच्छा अच्छा। नहीं जिहड़ा फैसला मैं गल सवाल किया सीगा तुहाडा फैसला लास्ट निबड़िया कदों सीगा? 2021 च निबड़िया जां 2020 विच? नहीं नहीं 2021 दे विच निबड़िया जी फैसला। अच्छा 2021 दे विच तुहाडा जिहड़ा फैसला कंप्लीट हो गया? कंप्लीट हो गया सीगा वी इन्हां नूं इन्ने पैसे देने ने उदू बाद तुहानू माफी मिल जानी है जी जी जी। अच्छा दो पेमेंट भी आपां 2 करोड़ रुपया उदों ही पेमेंट करती
छे महीने का टाइम दिता, छे महीने के विच विच पेमेंट सारी हो गई। अच्छा, उसी टाइम उसी टाइम दे विच हो गई सी। ठीक है, फिर उस तो बाद जदों तुहाडा सारा फैसला हो चुका सी, पेमेंट लोगों ने संगत ने देती, उस तो बाद तुहाडा किन्ना समा लग्या उत्थे? फिर एक साल तीन चार महीने मेरी उत्थे लग गई सी। ते वीर बलविंदर सिंह जी, जदों तुहाडा फैसला हो चुका सी, फिर तुसीं उत्थे काम करन दा निर्णय दुबारा लिया जां तुहानूं वापस भेजना सीगा? किहदा वापसी इंडिया नूं सी होणा सी? उत्थों दा जिहड़ा कानून आ उह ਜਿਹੜਾ ਬੰਦਾ ਇੱਕ ਵਾਰੀ ਪੰਜ ਮਹੀਨਿਆਂ ਤੋਂ ਉੱਥੇ ਹੋ ਜਾਂਦਾ ਹੈਗਾ, ਉਹਨੂੰ ਜਿਹਨੂੰ ਸਜ਼ਾ ਹੋ ਜਾਂਦੀ ਆ ਉਹਨਾਂ ਨੂੰ ਬਾਹਰ ਨਹੀਂ ਕੱਢਦੇ, ਤੇ ਮੈਨੂੰ ਤਾਂ 10 ਸਾਲ ਤੋਂ ਉੱਤੇ ਹੋ ਗਿਆ ਸੀਗਾ ਜੀ। ਅੱਛਾ, ਫਿਰ ਤੁਹਾਨੂੰ ਉੱਥੇ ਵਾਪਸੀ ਉਹਨਾਂ ਨੇ ਭੇਜਣਾ ਹੀ ਸੀਗਾ? ਉਹਨਾਂ ਨੇ ਵਾਪਸੀ ਭੇਜਣਾ ਹੀ ਸੀਗਾ ਜੀ। ਤੇ ਮੈਂ ਉਹਨਾਂ ਨੂੰ ਜਦੋਂ 1 ਸਾਲ 3 ਮਹੀਨੇ ਹੋ ਗਏ ਉਹਨਾਂ ਕੋਲੇ, ਮੈਂ ਇੱਕ ਅਪੀਲ ਜ਼ਰੂਰ ਕੀਤੀ ਸੀਗੀ, ਦੇਖੋ ਮੈਂ ਇੰਨੀ ਪੇਮੈਂਟ ਵੀ ਭਰਤੀ ਆ, ਮੇਰੇ ਉੱਤੇ ਕੁਛ ਵੀ ਨਹੀਂ ਤੁਹਾਡਾ ਰਿਹਾ ਹੈਗਾ, ਜਾਂ ਤਾਂ ਮੈਨੂੰ ਇੱਥੇ ਬਾਹਰ ਕੱਢੋ ਜਾਂ ਮੈਨੂੰ ਮੇਰੇ ਦੇਸ਼ ਦੇ ਵਿੱਚ ਭੇਜੋ। ਪਰ ਉੱਥੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸੀਗੀ। ਫਿਰ ਇੱਕ ਇਦੂ ਬਾਅਦ ਫਿਰ ਇੱਕ ਵਾਰੀ ਫਿਰ ਇੱਥੇ ਮੈਂ ਵੀਡੀਓ ਮੇਰੇ ਕਾਨਫਰੰਸ ਲਵਾਈਆਂ, ਟਵਿੱਟਰਾਂ ਤੇ ਫੇਸਬੁੱਕਾਂ ਦੇ ਉੱਤੇ ਵੀਡੀਓ ਬਣਾਈਆਂ, ਤੇ ਉੱਥੇ ਮੈਨੂੰ ਕੋਈ ਉਹਨਾਂ ਦੀ ਉਮੀਦ ਨਹੀਂ ਸੀ, ਸ਼ਾਇਦ ਮੈਂ ਇੱਥੇ 10 ਸਾਲ ਉੱਥੇ ਹੋਰ ਵੀ ਬੈਠਾ ਰਹਿੰਦਾ, ਕਿਉਂਕਿ ਸਾਡੀ ਸਰਕਾਰਾਂ ਦਾ ਉੱਥੇ ਕੋਈ ਜ਼ੋਰ ਨਹੀਂ ਚੱਲਦਾ ਹੈਗਾ, ਇਹ ਆਪਣੀ ਕੋਈ ਵੀ ਤਾਕਤ ਉੱਥੇ ਯੂਜ਼ ਨਹੀਂ ਕਰਦੇ ਗਏ, ਇਹਨਾਂ ਦੇ ਨਾਲ ਇਹ ਨਹੀਂ ਦੇਖਦੇ ਵੀ ਕੋਈ ਬੰਦਾ ਇੱਥੇ ਪੈਸੇ ਕਮਾਉਣ ਵਾਸਤੇ ਆਇਆ। ਦੇਖੋ ਉਹਨਾਂ ਦੀ ਗੌਰਮੈਂਟ ਨੂੰ ਮੇਰੇ ਬਾਰੇ ਸ਼ਾਇਦ ਨਾ ਪਤਾ, ਉਹਨਾਂ ਦਾ ਕਾਨੂੰਨ ਇਹੋ ਜਿਹਾ ਸੀ, ਜਿਹੜੇ ਬੰਦੇ ਨੇ ਇੱਕ ਵਾਰੀ ਕਹਿਤਾ ਵੀ ਹਾਂ ਮੈਂ ਇਹਦੇ ਡੰਡਾ ਮਾਰਿਆ ਹੈਗਾ ਜਾਂ ਕੁਛ ਵੀ ਹੋਇਆ ਹੈਗਾ, ਉਹਨਾਂ ਦਾ ਕਾਨੂੰਨ ਆ। ਪਰ ਸਾਡੀ ਗੌਰਮੈਂਟ ਤੋਂ ਪਤਾ ਜਿਹੜੇ ਬੰਦੇ ਨੇ ਕਤਲ ਕਰਨਾ ਹੁੰਦਾ ਹੈਗਾ ਉਹ ਕਤਲ ਕਰਕੇ ਉੱਥੇ ਰੁਕਦਾ ਨਹੀਂ ਹੈਗਾ, ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈਗਾ। ਹਾਂਜੀ ਹਾਂਜੀ, ਵੀ ਮੈਂ ਭੱਜਿਆ ਨਹੀਂ ਗਾ, ਮੈਂ ਉੱਥੇ ਸੀ, ਕਿਉਂਕਿ ਮੇਰੇ ਦਿਲ ਦੀ ਜਿਹੜਾ ਮੇਰਾ ਦਿਲ ਕਹਿੰਦਾ ਸੀਗਾ ਵੀ ਬੰਦਾ ਨਹੀਂ ਮਰਿਆ, ਨਾ ਮੈਂ ਉਹਦਾ ਕਤਲ ਕੀਤਾ, ਨਾ ਮੇਰੀ ਕਤਲ ਕਰਨ ਦਾ ਕੋਈ ਇਰਾਦਾ ਵੀ ਸੀ ਉਹਦੇ ਨਾਲ। ਜਦੋਂ ਉਹਦੇ ਥੋੜ੍ਹੀ ਸੱਟ ਲੱਗੀ ਆ, ਸੱਟ ਲੱਗਣ ਤੋਂ ਬਾਅਦ ਦੇਖੋ ਮੈਂ ਆਪਣੇ ਮਾਲਕ ਨੂੰ ਬੁਲਾਇਆ ਹੈਗਾ, ਮਾਲਕ ਤੋਂ ਬਾਅਦ ਉੱਥੇ ਪੁਲਿਸ ਵਾਲਿਆਂ ਨੂੰ ਬੁਲਾਇਆ ਹੈਗਾ, ਕਿਆ ਉਹਨੂੰ ਲੈ ਕੇ ਉੱਥੇ ਪੁਲਿਸ ਵਾਲਾ ਬਾਹਰਲੇ ਉਹਦੇ ਕਮਰੇ ਦੇ ਵਿੱਚ ਆ, ਮੈਂ ਬਾਹਰਲੇ ਪਾਸੇ ਆ। ਸੱਟ ਵੀ ਕਿਸੇ ਹੋਰ ਤੋਂ ਲੱਗੀ ਸੀ? ਸੱਟ ਵੀ ਜੋ ਜਦੋਂ ਉਹ ਡਿੱਗਿਆ ਨਾ ਇਹ ਜਗ੍ਹਾ ਤੇ ਉਹਦੇ ਸੱਟ ਲੱਗੀ ਸੀ। ਜੀ ਜੀ ਜੀ, ਦੇਖੋ ਹੁਣ ਇਹਦੇ ਵਿੱਚ ਹੁਣ ਮੈਂ ਕਹਾਂ ਵੀ ਉਹਨੇ ਸੱਟ ਮਾਰੀ ਆ, ਹੁਣ ਸਾਰਾ ਵਕਤ ਜਿਹੜਾ ਸੀਗਾ ਉਹ ਮੇਰੇ ਉੱਤੇ ਸੀ, ਕਿਉਂਕਿ ਉੱਥੇ ਵੱਡਾ ਸਾਰਿਆਂ ਨਾਲੋਂ ਮੈਂ ਹੀ ਸੀਗਾ ਜੀ, ਤੇ ਪੁਰਾਣਾ ਵੀ ਉੱਥੇ ਸਾਰਿਆਂ ਨਾਲੋਂ ਮੈਂ ਹੀ ਸੀਗਾ, ਉਹ ਮੈਨੂੰ ਹੀ ਕੱਟਣਾ ਪੈਣਾ ਸੀਗਾ। ਤੇ ਮੈਂ ਨਹੀਂ ਕਹਿੰਦਾ ਹੈਗਾ, ਚਲੋ ਮੇਰਾ ਵਕਤ ਸੀਗਾ ਮਾੜਾ, ਉਹ ਮੇਰਾ ਮਾੜਾ ਵਕਤ ਵਾਹਿਗੁਰੂ ਨੇ ਮੇਰੀ ਕੌਮ ਦੇ ਦਿਲਾਂ ਦੇ ਵਿੱਚ ਇੰਨੀ ਕੁ ਤਾਕਤ ਕਰਕੇ ਉਕਦਾ ਸੀ। ਤੇ ਵੀਰ ਜੀ, ਜਦੋਂ ਸਾਊਦੀ ਅਰਬ ਦੀ ਸਰਕਾਰ ਨੇ ਤੁਹਾਡਾ ਸਿਰ ਕਲਮ ਕਰਨ ਦੀ ਗੱਲ ਕਹੀ ਸੀ, ਹਾਂਜੀ, ਜਾਂ ਮਤਲਬ ਕਿ 2 ਕਰੋੜ ਰੁਪਏ ਤੁਹਾਨੂੰ ਇੱਥੋਂ ਇੰਡੀਆ ਦੀ ਕਰੰਸੀ ਤੋਂ ਜਾਵੇਗਾ, ਤੁਹਾਡੇ ਖਾਤੇ ਤੁਹਾਨੂੰ ਮਿਲੇਗਾ, ਉਸ ਪਰਿਵਾਰ ਨੂੰ ਦਿੱਤਾ ਜਾਏਗਾ, ਤੁਹਾਡੇ ਪਰਿਵਾਰ ਤੇ ਕਿਵੇਂ ਬੀਤੀ ਸੀਗੀ? ਮੇਰੇ ਪਰਿਵਾਰ ਤੇ ਦੇਖੋ ਜੀ, ਜਦੋਂ ਹੋਈ ਹੈ ਮੇਰੀ ਮਾਂ ਤਾਂ ਅੱਧੀ ਰਹਿ ਗਈ ਸੀਗੀ ਉਸ ਟਾਈਮ ਦੇ ਉੱਤੇ, ਅੱਧੀ ਰਹਿ ਗਈ ਸੀਗੀ, ਤੇ ਮੇਰੇ ਪਰਿਵਾਰ ਵਾਲੇ ਕਹਿੰਦੇ ਸੀ ਵੀ ਇੰਨੀ ਰਕਮ ਅਸੀਂ ਕਿੱਥੋਂ ਕਰਨੀ ਆ, ਤੇ ਫਿਰ ਵੀ ਮੈਨੂੰ ਦਿਲਾਸੇ ਦਿੰਦੇ ਸੀਗੇ ਵੀ ਸਾਡੀ ਕੌਮ ਬਹੁਤ ਹੀ ਜਿੰਦਾ ਦਿਲ ਆ, ਅਸੀਂ ਸਾਰਿਆਂ ਦੇ ਅੱਗੇ ਬੇਨਤੀਆਂ ਕਰਾਂਗੇ, ਕੋਸ਼ਿਸ਼ ਕਰਾਂਗੇ। ਉਹ ਕੋਸ਼ਿਸ਼ ਉਹਨਾਂ ਦੀ ਦੇਖੋ ਜੀ ਪੂਰੀ ਹੋ ਗਈ। ਤੇ ਵੀਰ ਜੀ, ਜਦੋਂ ਤੁਸੀਂ 2008 ਦੇ ਵਿੱਚ ਗਏ ਸੀ ਨਾ, ਹਾਂਜੀ, ਤੇ ਤੁਹਾਡੇ ਮਾਤਾ ਪਿਤਾ ਤੁਸੀਂ ਇੱਥੇ ਛੱਡ ਕੇ ਗਏ ਹੋ? ਹਾਂਜੀ। ਤੁਹਾਡੇ ਜਾਣ ਤੋਂ ਬਾਅਦ ਗੁਜ਼ਰੇ ਹੈ? ਮੇਰੇ ਜਾਣ ਤੋਂ ਬਾਅਦ ਹੀ, ਮੇਰੇ ਪਿਤਾ ਸ਼੍ਰੀ, ਮੇਰੇ ਮਾਤਾ ਜੀ, ਮੇਰੇ ਜਾਣ ਤੋਂ ਬਾਅਦ ਜਦੋਂ ਮੈਂ ਇੱਥੇ ਆਇਆ ਗਾ, ਮੈਨੂੰ ਨਸੀਬ ਨਹੀਂ ਹੋਇਆ ਉਹਨਾਂ ਨੂੰ ਦੇਖਣਾ ਜੀ, ਉਹਨਾਂ ਨੂੰ ਦੇਖਣਾ ਤਾਂ ਦੂਰ ਦੀ ਗੱਲ ਹੈ ਵੀ ਮੈਨੂੰ ਉਹਨਾਂ ਦੀ ਅਰਥੀ ਨੂੰ ਕੰਧਾ ਲਾਉਣਾ ਵੀ ਨਸੀਬ ਨਹੀਂ। ਤੁਸੀਂ ਉਸ ਟਾਈਮ ਜੇਲ੍ਹ ਦੇ ਵਿੱਚ ਸੀਗੇ? ਮੈਂ ਉਸ ਟਾਈਮ ਦੇ ਜੇਲ੍ਹ ਦੇ ਵਿੱਚ ਸੀ। ਤੁਹਾਡੀ ਮਾਤਾ ਦੀ ਜਿਹੜੀ ਡੈਥ ਕਿਹੜੇ ਸੰਨ ਚ ਹੋਈ ਹੈ ਵੀਰੇ? ਮੇਰੀ ਮਾਤਾ ਦੀ ਡੈਥ 2021 ਦੇ ਵਿੱਚ। ਅੱਛਾ, 2021 ਦੇ ਵਿੱਚ ਮਾਤਾ ਦੀ, ਯਾਨੀ ਕਿ ਇਸ ਬਹੁਤ ਜ਼ਿਆਦਾ ਨੇੜੇ ਆ ਗਿਆ ਸੀਗਾ, ਉਦੋਂ ਤਕਰੀਬਨ ਨੇੜੇ ਪਹੁੰਚ ਗਿਆ ਸੀ, ਨੇੜੇ ਪਹੁੰਚ ਗਿਆ ਸੀਗਾ, ਬਸ ਮੇਰੇ ਮਾਲਕ ਨੂੰ ਇਹ ਮਨਜ਼ੂਰ ਨਹੀਂ ਸੀ, ਉਹਦਾ ਭਾਣਾ ਸੀਗਾ ਤੇ ਮੈਨੂੰ ਇਹ ਮੰਨਣਾ ਪੈਣਾ ਸੀਗਾ ਜੀ, ਤੇ ਮੈਂ ਮੰਨਿਆ ਜੀ ਉੱਥੇ ਬਹਿ ਕੇ ਭਾਣਾ। ਤੇ ਤੁਹਾਡੇ ਫਾਦਰ ਸਾਹਿਬ ਦੀ ਫਿਰ ਡੈਥ ਕਦੋਂ ਹੋਈ? ਮੇਰੇ ਫਾਦਰ ਸਾਹਿਬ ਦੀ ਡੈਥ 2017 ਦੇ ਵਿੱਚ ਹੋਈ। ਅੱਛਾ, 2017 ਦੇ ਫਾਦਰ ਸਾਹਿਬ ਪਹਿਲਾਂ ਐਕਸਪਾਇਰ ਹੋ ਗਏ? ਪਹਿਲਾਂ ਐਕਸਪਾਇਰ ਹੋਈ ਸੀ। ਉਸ ਟਾਈਮ ਤੁਹਾਡਾ ਕੇਸ ਚੱਲ ਰਿਹਾ ਸੀਗਾ? ਉਸ ਟਾਈਮ ਦੇ ਵਿੱਚ ਤਾਂ ਮੈਨੂੰ ਇਹ ਉਮੀਦ ਸੀ ਮੈਂ ਅੱਜ ਨਿਕਲ ਜਾਣਾ, ਕੱਲ੍ਹ ਨਿਕਲ ਜਾਣਾ ਜੀ। ਉਸ ਟਾਈਮ ਦੇ ਮੈਨੂੰ 2004 ਸਾਲ ਉਸ ਟਾਈਮ ਦੇ ਉੱਤੇ ਹੋਈ ਸੀ, ਮੈਂ ਇਹੀ ਦਿਲਾਸਾ ਦਿੰਦਾ ਸੀਗਾ ਬਾਪੂ ਮੈਂ ਆ ਗਿਆ, ਤੂੰ ਟੈਂਸ਼ਨ ਨਾ ਲੈ, ਮੈਂ ਆ ਗਿਆ, ਬਸ ਮੇਰੇ ਉੱਤੇ ਕੁਛ ਵੀ ਨਹੀਂ ਹੈਗਾ, ਮੇਰੀ ਪੇਸ਼ੀ ਪੈਣੀ ਹੈ, ਪੇਸ਼ੀ ਦੇ ਵਿੱਚ ਉਹਨਾਂ ਨੇ ਮੈਨੂੰ ਹਰ ਇੱਕ ਪਾਸੋਂ ਇਹੀ ਮਿਲ ਰਿਹਾ ਵੀ ਇਹਨਾਂ ਨੇ ਮੈਨੂੰ ਆਪ ਕਰਕੇ ਭੇਜ ਦੇਣਾ। ਤੇ ਵੀਰ ਬਲਵਿੰਦਰ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਉੱਥੇ ਸਾਊਦੀ ਅਰਬ ਦੇ ਵਿੱਚ ਸੀਗੇ, ਤੁਹਾਡੇ ਤੇ ਕੇਸ ਪੈ ਗਿਆ, ਤੁਹਾਡੇ ਮਾਤਾ ਪਿਤਾ ਫਿਰ ਉਹਨਾਂ ਨੂੰ ਦਿਲ ਤੇ ਗੱਲ ਲਗਾ ਗਏ, ਇਸ ਤਰ੍ਹਾਂ ਹੋਇਆ ਹੋਣਾ? ਹਾਂਜੀ, ਉਹਨਾਂ ਨੂੰ ਸਦਮਾ ਜਿਹੜਾ ਬਹੁਤ ਚੋਟ ਵੱਡੀ ਪਹੁੰਚੀ ਹੋਣੀ ਹੈ। ਦੇਖੋ ਜੀ, ਉਹ ਸਦਮਾ ਸੀ ਜੇ ਮੇਰਾ ਕਹੀ, ਹਰ ਇੱਕ ਮਾਂ ਤੇ ਬਾਪ ਦਾ ਹੁੰਦਾ ਹੈਗਾ ਵੀ ਉਹਨਾਂ ਦਾ ਬੱਚਾ ਉਹਨਾਂ ਦੇ ਵਿੱਚ ਖੁਸ਼ੀ ਖੁਸ਼ੀ ਆਵੇ, ਪਰ ਇਹਨੂੰ ਇੱਕ ਅਸੀਂ ਕਹਿ ਦਿੰਦੇ ਹਾਂ
सब तो पहला तो यह एक बहाना बन जाता है, पर जो मेरा वाहिगुरु आ उन्हें जिहड़े भाणे च बंदे नूं जिन्ना रखना जिन्नी उम्र दित्ती आ भगवानी हुंदी आ उह असीं उह करतार दी मर्जी दे नाल ही इत्थे कट ਜੀ। ਇਹ ਇੱਕ ਬਹਾਨਾ ਬਣ ਜਾਂਦਾ, ਦੇਖੋ ਇਹ ਮੇਰਾ ਬਹਾਨਾ ਬਣ ਗਿਆ ਸੀਗਾ ਜੀ ਜੀ। ਪਰ ਜਿੰਨੀ ਉਹਨਾਂ ਦੀ ਉਮਰ ਲਿਖੀ ਵੀ ਸੀਗੀ ਮੇਰੇ ਮਾਲਕ ਵੱਲੋਂ, ਉਹਨਾਂ ਨੇ ਉਨੀ ਭੁਗਤਨੀ ਸੀਗੀ। ਤੇ ਵੀਰ ਬਲਵਿੰਦਰ ਸਿੰਘ ਜੀ, ਤੁਸੀਂ ਕਿੰਨੇ ਭਾਈ ਹੋ ਤੇ ਕਿੰਨੇ ਭੈਣਾਂ ਹੋ? ਮੇਰੀ ਇੱਕ ਵੱਡੀ ਭੈਣ ਆਈ ਤੇ ਮੇਰਾ ਇੱਕ ਵੱਡਾ ਭਰਾ ਆਈ ਤੇ ਸਭ ਤੋਂ ਛੋਟਾ ਮੈਂ ਸੀ। ਤੇ ਵੀਰ ਜੀ ਉਹ ਕੀ ਕੰਮ ਕਰਦੇ ਆ? ਮੇਰਾ ਵੱਡਾ ਭਰਾ ਤਾਂ ਇੱਥੇ ਡਰਾਈਵਰੀ ਕਰਦਾ ਸੀਗਾ ਜੀ ਜੀ। ਤੇ ਮੇਰੇ ਭੈਣ ਘਰ ਦੇ ਵਿੱਚ ਇੱਥੇ ਆਪਣੇ ਜੀ ਜੀ ਸਹੁਰੇ ਉੱਥੇ ਘਰੇ। ਤੇ ਤੁਹਾਡੀ ਸ਼ਾਦੀ ਨਹੀਂ ਹੋਈ ਫਿਰ? ਨਹੀਂ ਵੀਰ ਜੀ, ਮੇਰੀ ਸ਼ਾਦੀ ਨਹੀਂ ਹੋਈ ਸੀ। ਤੇ ਵੀਰ ਜੀ ਹੁਣ ਤੁਹਾਡਾ ਰੁਜ਼ਗਾਰ ਪਰਿਵਾਰ ਦਾ ਕਿਵੇਂ ਚੱਲਦਾ, ਤੁਹਾਡਾ ਖੁਦ ਦਾ? ਵੀਰ ਜੀ ਹਜੇ ਤੱਕ ਤਾਂ ਕੁਛ ਵੀ ਨਹੀਂ ਹੈਗਾ, ਕਿਉਂਕਿ ਹਜੇ ਦੇਖੋ ਜਿੰਨਾ ਮੇਰੇ ਵੀਰਾਂ ਨੇ ਨਹੀਂ ਹੈਲਪ ਕੀਤੀ ਆ ਮੈਂ ਉਹਨਾਂ ਨੂੰ ਅਟੈਂਡ ਕਰ ਰਹੇਗਾ। ਕੋਈ ਇੱਕ ਦੋ ਮਹੀਨਿਆਂ ਜਾਂ ਪੰਜ ਛੇ ਮਹੀਨਿਆਂ ਤੱਕ ਤਾਂ ਮੈਂ ਹੀ ਨਹੀਂ ਸੈੱਟ ਹੋ ਸਕਦਾ, ਜਿਹੜਾ ਉੱਥੋਂ ਦਾ ਖਾਣਾ ਪੀਣਾ ਸੀਗਾ ਉਹ ਖਾਧਾ ਗਿਆ, ਉਹਨੂੰ ਸੈੱਟ ਕਰਨ ਵਾਸਤੇ 5-6 ਮਹੀਨੇ ਤਾਂ ਮੈਨੂੰ ਵੀ ਲੱਗ ਜਾਣੇ ਆ। ਉਹ ਤੋਂ ਬਾਅਦ ਦੇਖਾਂ, ਜਿਹੜਾ ਮਾਲਕ ਨੇ ਕਿਸਮਤ ਦੇ ਵਿੱਚ ਰਿਜ਼ਕ ਲਿਖਿਆ ਹੋਇਆਗਾ ਉਹ ਕਿਰਤ ਕਰਕੇ ਆਪਣਾ। ਤੁਸੀਂ ਫਿਰ ਆਪਣੇ ਬ੍ਰਦਰ ਦੇ ਨਾਲ ਹੀ ਹੋ? ਹੁਣ ਮੈਂ ਆਪਣੇ ਬ੍ਰਦਰ ਦੇ ਨਾਲ। ਅੱਛਾ, ਤੁਹਾਡੀ ਸਿਸਟਰ ਵੀ ਤੁਹਾਡੇ ਨਾਲ ਹੈ ਜੀ? ਸਿਸਟਰ ਜੀ ਨਹੀਂ ਮੇਰੇ ਨਾਲ ਨਹੀਂ, ਉਹ ਸਹੁਰੇ ਆ, ਬਸ ਉਹ ਇੱਕ ਮਿਲਣ ਵਾਸਤੇ ਆਇਆ ਕਿਉਂਕਿ ਵਿਹੜਾ ਖਾਲੀ ਪਿਆ ਜੀ। ਅੱਛਾ ਅੱਛਾ, ਮਾਂ ਵੀ ਹੈ ਨਹੀਂ। ਠੀਕ ਹੈ। ਤੇ ਵੀਰ ਜੀ ਜਿਸ ਤਰ੍ਹਾਂ ਤੁਹਾਡਾ ਕੇਸ ਚੱਲਦਾ ਸੀ ਸਾਊਦੀ ਅਰਬ ਦੇ ਵਿੱਚ, ਆਪਾਂ ਸ਼ਾਰਟ ਦੇ ਵਿੱਚ ਹੁਣ ਗੱਲ ਕਰਾਂਗੇ। ਹਾਂਜੀ, ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਤੋਂ ਤੁਸੀਂ ਕੀ ਉਮੀਦ ਕੀਤੀ ਸੀ ਕੋਈ? ਵੀਰ ਜੀ ਉਮੀਦ ਬਹੁਤ ਵੱਡੀ ਸੀਗੀ ਜੀ ਜੀ, ਪਰ ਉਹਨਾਂ ਦੀ ਉਮੀਦ, ਉਹਨਾਂ ਨੇ ਉਹ ਉਮੀਦ ਸਾਰੀਆਂ ਉਮੀਦਾਂ ਤੇ ਮੇਰੇ ਤੇ ਪਾਣੀ ਫੇਰਤਾ ਜੀ ਵੀਰੇ, ਕਿਉਂਕਿ ਜਿਸ ਹਿਸਾਬ ਨਾਲ ਉਹਨਾਂ ਦੇ ਨਾਲ ਸਾਡਾ ਐਗਰੀਮੈਂਟ ਹੋਇਆ ਸੀਗਾ ਇੰਦਰਾ ਗਾਂਧੀ ਦਾ ਜੀ ਵੀਰੇ, ਉਹ ਐਗਰੀਮੈਂਟ ਵੀ ਜਦੋਂ ਮੁੰਡਿਆਂ ਦੀਆਂ ਗਰਦਨਾਂ ਲਈਆਂ, ਮਦਰਾਸ ਦੇ ਦੋ ਮੁੰਡੇ ਦੇ ਗਰਦਨਾਂ ਲਈਆਂ, ਚਾਰ ਮੁੰਡੇ ਦੇ ਗਰਦਨਾਂ ਲਈਆਂ, ਉਹ ਸਾਰੀਆਂ ਉਮੀਦਾਂ ਉਸੇ ਟਾਈਮ ਤੇ ਟੁੱਟ ਗਈਆਂ ਸੀਗੀਆਂ ਜੀ ਵੀਰੇ। ਇਹ ਸਰਕਾਰਾਂ ਦਾ ਨਾਂ ਤਾਂ ਪਹਿਲੀ ਗੱਲ ਗੌਰਮੈਂਟ ਲਿਖਿਆ, ਇਹਨਾਂ ਨੇ ਗੌਰ ਹੀ ਨਹੀਂ ਕਰਦੀਆਂ, ਇਹਨਾਂ ਦੀ ਮਿੰਟ ਦੀ ਗੌਰ ਉਸ ਟਾਈਮ ਦੀ ਹੁੰਦੀ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਜੀ ਵੀਰੇ, ਉਦੋਂ ਸ਼ਰਾਬਾ ਬਣਦੇ ਆ ਇਹੀ ਤੇ ਵੋਟਾਂ ਲੈ ਲੈਂਦੇ ਆ, ਉਦੋਂ ਬਾਅਦ ਮੂੰਹ ਨਹੀਂ ਕਰਦੇ ਇੱਧਰ ਜੀ ਵੀਰੇ। ਤੇ ਵੀਰ ਜੀ ਪੰਜਾਬ ਦੇ ਜਿਹੜੇ ਨੌਜਵਾਨ ਹੈਗੇ ਨੇ ਆਈਲਟਸ ਕਰਕੇ ਕਹਿੰਦੇ ਜੀ ਅਸੀਂ ਤਾਂ ਜਹਾਜ਼ ਤੇ ਬੈਠਣਾ, ਅਸੀਂ ਜਾਣਾ ਅਮਰੀਕਾ, ਅਸੀਂ ਜਾਣਾ ਕੈਨੇਡਾ, ਅਸੀਂ ਜਾਣਾ ਯੂਕੇ, ਕੀ ਕਹਿੰਦੇ ਹੋ ਪੰਜਾਬ ਦੇ ਨੌਜਵਾਨਾਂ ਨੂੰ? ਵੀਰ ਜੀ ਉਹ ਉਹਨਾਂ ਦੀ ਕਿਸਮਤ ਆ, ਦੇਖੋ ਜਿਹੜਾ ਮੇਰੇ ਮਾਲਕ ਨੇ ਉਹਨਾਂ ਦੀ ਕਿਸਮਤ ਦੇ ਵਿੱਚ ਲਿਖਿਆ ਹੈਗਾ। ਕਈ ਮੇਰੇ ਵੀਰ ਇਹੋ ਜਿਹੇ ਵੀ ਆ ਜਿਹੜੇ ਬਾਹਰ ਜਾ ਕੇ ਸੈੱਟ ਹੋ ਗਏ ਨੇ, ਬਹੁਤ ਵਧੀਆ ਸੈੱਟ ਹੋ ਗਏ ਨੇ। ਕਈ ਮੇਰੇ ਵੀਰ ਇਹੋ ਜਿਹੇ ਆ ਮੇਰੇ ਵਰਗੇ ਜਿਹੜੇ ਹਜੇ ਵੀ ਜ਼ਿਲ੍ਹਾ ਦੇ ਵਿੱਚ ਬੈਠੇ ਨੇ ਗੇ ਜੀ ਵੀਰੇ, ਛੋਟੇ ਛੋਟੇ ਕੇਸ ਲੈ ਕੇ ਬੈਠੇ, ਉਹ ਕਿਸਮਤ ਉਹਦੇ ਵਾਸਤੇ। ਤਾਂ ਮੈਂ ਇਹ ਕਹਿੰਦਾ ਵੀਰ ਮੇਰਿਆ, ਇੱਥੇ ਰਹੋ, ਗੁਰਬਾਣੀ ਪੜ੍ਹੋ, ਕੋਈ ਚੰਗਾ ਮੁਲਕ ਮਿਲਦਾ ਉੱਥੇ ਅੱਗੇ ਬੰਦੇ ਆ ਉਹਨਾਂ ਤੋਂ ਪੁੱਛੋ, ਜਿੱਥੇ ਜਾ ਕੇ ਸੱਚ ਸੁੱਚ ਦੀ ਕਮਾਈ ਕਰੋ, ਨਸ਼ਿਆਂ ਤੋਂ ਪਰਹੇਜ਼ ਕਰੋ ਜੀ ਵੀਰੇ। ਤੇ ਜਿਵੇਂ ਵੀਰੇ ਡੌਂਕੀ ਲਗਾ ਕੇ ਜਾਂਦੇ ਆ, ਕਹਿੰਦੇ ਵੀ ਉਹ ਦੋ ਨੰਬਰ 'ਚ ਜਾਂਦੇ ਆ ਉੱਤੇ, ਮਾਤਾ ਪਿਤਾ ਉਹਨਾਂ ਦੇ ਯਾਦ ਕਰਦੇ ਵੀ ਸਾਡਾ ਪੁੱਤਰ ਕਮਾਈ ਕਰਕੇ ਲਿਆਵੇਗਾ, ਲੇਕਿਨ ਡੌਂਕੀ ਲਗਾਉਂਦੇ ਲਗਾਉਂਦੇ ਉੱਥੇ ਜਾਨ ਦੇ ਦਿੰਦੇ ਆ, ਕੀ ਕਹੋਗੇ? ਵੀਰ ਜੀ ਦੇਖੋ ਇਹ ਤਾਂ ਸਭ ਤੋਂ ਵੱਡਾ ਗਲਤ ਹੈ ਜੀ, ਨਹੀਂ ਜਾਣਾ ਚਾਹੀਦਾ ਜੀ। ਜੀ ਵੀਰੇ ਸਭ ਤੋਂ ਵੱਡੀ ਗਲਤ ਹੈ ਜੇ ਤੁਸੀਂ ਇਹ ਕਰਕੇ ਜਾਣਾ। ਹੁਣ ਦੇਖਿਆ ਉਸ ਵੀ ਜੇਲ੍ਹਾਂ ਦੇ ਵਿੱਚ ਉੱਥੇ ਖਬਰਾਂ ਦਿੰਦੇ ਹੁੰਦੇ ਸੀ, ਕਿੰਨੇ ਕੁ ਹੁਣ ਤਾਂ ਸਖਤਾਈ ਬਹੁਤ ਕੀਤੀ ਹੋਈ ਹੈ, ਬੜੀ ਸਖਤਾਈ ਕੀਤੀ ਹੋਈ ਆ, ਨਾ ਇਹ ਕੰਮ ਨਾ ਕਰਨ, ਸਿੱਧੇ ਤਰੀਕੇ ਨਾਲ ਜਾਣ, ਇੱਥੇ ਪੜ੍ਹਨ, ਸਟੱਡੀ ਕਰਨ, ਸਟੱਡੀ ਦੇ ਬੇਸ 'ਤੇ ਜਾਣ, ਇੱਕ ਨੰਬਰ ਦੇ ਵਿੱਚ ਜਾਣ। ਡੌਂਕੀ ਵਾਲਾ ਕੰਮ ਤਾਂ ਬਹੁਤ ਹੀ ਗਲਤ ਕੰਮ ਹੈ। ਠੀਕ ਹੈ ਵੀਰ ਜੀ, ਇੱਕ ਮੈਂ ਲਾਸਟ ਸਵਾਲ ਤੁਹਾਡੇ ਕੋਲੋਂ ਕਰਦਾ। ਜਿਸ ਤਰ੍ਹਾਂ ਤੁਸੀਂ ਮੌਤ ਨੂੰ ਮਾਤ ਪਾ ਕੇ ਆਏ ਦੇ ਜੇ ਸਾਊਦੀ ਅਰਬ ਦੇ ਵਿੱਚ, ਮੌਤ ਨੂੰ ਹਰਾ ਕੇ ਆਏ ਹੋ ਪੰਜਾਬ ਦੇ ਵਿੱਚ ਦੁਬਾਰਾ, ਉਸ ਵਾਹਿਗੁਰੂ ਨੂੰ ਕਿਵੇਂ ਸਮਝਦੇ ਹੋ? ਜੀ ਦੇਖੋ ਮੈਂ ਸਮਝਦਾ ਹੈਗਾ ਮੇਰੇ ਵਾਹਿਗੁਰੂ ਜੀ ਦਾ ਨਾਮ ਮੈਂ ਜਪਿਆ ਉੱਥੇ, ਇੱਕ ਲੜ ਲੱਗ ਗਿਆ ਸੀਗਾ ਵਾਹਿਗੁਰੂ ਦੇ। ਦੇਖੋ ਜਦੋਂ ਮੈਂ ਬਾਹਰ ਹੁੰਦਾ ਸੀਗਾ ਉਸ ਟਾਈਮ ਦੇ ਉੱਤੇ ਸਾਨੂੰ ਇੰਨੀ ਮੱਤ ਵੀ ਨਹੀਂ ਹੁੰਦੀ, ਇਹ ਸਾਰੀਆਂ ਮੱਤਾਂ ਜਦੋਂ ਜਾ ਕੇ ਅੰਦਰ ਗਏ ਹਾਂ, ਉਹ ਲੋਕਾਂ ਦੇ ਵਿੱਚ ਗਏ ਹਾਂ, ਉਹਨਾਂ ਨੂੰ ਦੇਖਿਆ ਆਪਣੇ ਧਰਮ ਦੇ ਉੱਤੇ ਚੱਲਦੇ ਹੋਏ, ਉਹਨਾਂ ਨੂੰ ਦੇਖਿਆ ਉਹ ਕਿਵੇਂ ਬੰਦੇ ਆਪਦੇ ਧਰਮ ਦੇ ਉੱਤੇ ਚੱਲਦੇ ਨੇ, ਉਹਨਾਂ ਨੇ ਦੇਖੋ ਸਾਡੀ ਮਜਬੂਰੀ ਦਾ ਫਾਇਦਾ ਉਠਾਉਣਾ ਵੀ ਚਾਹਿਆ, ਜੇ ਅਸੀਂ ਦੇਖੋ ਇਹਨਾਂ ਤੁਸੀਂ ਮੁਸਲਮਾਨ ਬਣਦੇ ਤੁਹਾਡੇ ਪੈਸੇ ਹੀ ਭਰ ਦਾਂਗੇ, ਤੁਹਾਡੀ ਸਜ਼ਾ ਵੀ ਮਾਫ਼ ਕਰਾ ਦਾਂਗੇ, ਬਾਹਰ ਵੀ ਤੁਹਾਨੂੰ ਇੱਥੇ ਖੜਾ ਦਾਂਗੇ। ਜਦੋਂ ਇਹ ਚੀਜ਼ਾਂ ਦੇਖੀਆਂ ਤਾਂ ਉਦੋਂ ਧਰਮ ਤਬਦੀਲ ਕਰਨ ਦੇ ਤੁਹਾਨੂੰ ਵੀ ਉਹ ਵੀ ਗੱਲਾਂ ਕਹੀਆਂ? ਬਹੁਤ ਆਫਰ ਆਏ ਨੇ ਉੱਥੇ, ਬਹੁਤ ਆਏ। ਜਦੋਂ ਮੇਰੀ ਹੈਲਪ ਮੰਗਦੇ ਸੀ ਉਹ ਹੈਲਪ ਕਰਨ ਵਾਸਤੇ ਕਹਿੰਦੇ ਸੀਗੇ ਵੀ ਤੁਸੀਂ ਸਾਡੇ ਧਰਮ ਚ ਆ ਜਾਓ, ਅਸੀਂ ਦੇਖਾਂਗੇ ਤੁਹਾਡੀ ਹੈਲਪ ਕਰਾਂਗੇ, ਤੁਹਾਡਾ ਕੇਸ ਵੀ ਅਸੀਂ ਕੇਸ ਵੀ ਅਸੀਂ ਕਰ ਦਾਂਗੇ, ਜਿਹੜਾ ਇੰਨਾ ਟਾਈਮ ਲੱਗਿਆ ਗਾ ਉੱਥੇ ਇਹ ਇਹੀ ਕਰਨ ਦਾ ਕਰਕੇ ਲਿਖਿਆ ਜੀ। ਤੇ ਬਾਕੀ ਕਹਿੰਦਾ ਮੇਰੇ ਵਾਹਿਗੁਰੂ ਦੇਖੋ ਸੱਚੇ ਦਿਲ ਦੇ ਨਾਲ ਜੇ ਇਹ ਰੱਬ ਨੂੰ ਧਿਆਈਏ ਰੱਬ ਆ ਜਾਂਦਾ। ਦੇਖੋ ਭਾਈ ਨੰਦ ਲਾਲ ਜੀ ਸੀਗੇ, ਉਹਨਾਂ ਨੇ ਸੱਚੇ ਦਿਲ ਦੇ ਨਾਲ ਬਾਬਾ ਨਾਨਕ ਜੀ ਨੂੰ ਯਾਦ ਕੀਤਾ।
ਵੀਰ ਜੀ ਤੁਸੀਂ ਅੰਮ੍ਰਿਤਧਾਰੀ ਹੋ ਜਾਂ ਸਹਿਜਧਾਰੀ ਹੋ? ਵੀਰ ਜੀ ਹਜੇ ਮੈਂ ਸਹਿਜਧਾਰੀ ਹਾਂ, ਅੰਮ੍ਰਿਤਧਾਰੀ। ਮੇਰੇ ਸਿਰ ਦੇ ਵਾਲ ਜਿਹੜੇ ਉੱਥੇ ਜੇਲ੍ਹ ਦਾ ਕਾਨੂੰਨ ਆ ਉਹ ਕੱਟ ਦਿੰਦੇ ਆ, ਤੇ ਇਸ ਤੋਂ ਬਾਅਦ ਜਿਹੜੀ ਮੇਰੀ ਨਵੀਂ ਜ਼ਿੰਦਗੀ ਆ, ਮੇਰੇ ਸਿਰ ਤੇ ਕੇਸ ਪੂਰੇ ਹੋਣ ਤੋਂ ਬਾਅਦ ਮੈਂ ਅੰਮ੍ਰਿਤਸਰ। ਅੱਛਾ, ਤੁਹਾਡੇ ਕੇਸਾਂ ਤੇ ਵੀ ਤਸ਼ੱਦਦ ਸਰਕਾਰ ਦੇ ਵੱਲੋਂ ਉੱਥੋਂ ਦੀ ਕੀਤਾ ਗਿਆ ਬਹੁਤ ਜ਼ਿਆਦਾ? ਉਹ ਜਿਹੜਾ ਵੀ ਉੱਥੋਂ ਜੇਲ੍ਹ ਦੇ ਵਿੱਚ ਚਲਾ ਜਾਂਦਾ ਹੈਗਾ ਉਹਨਾਂ ਦੇ ਸਭ ਤੋਂ ਪਹਿਲਾਂ ਉਹ ਕੇਸ ਲਾਉਂਦੇ ਆ। ਅੱਛਾ, ਸਿਰ ਦੇ ਕੇਸ ਕੱਟਦੇ? ਸਿਰ ਦੇ ਕੇਸ ਲਾਉਂਦੇ। ਦੇਖੋ ਉੱਥੇ ਅਸੀਂ ਦੇਖਿਆ ਸਿੱਖ ਮੇਰੇ ਵੀਰ ਉੱਥੇ ਗਏ ਆ, ਉਹਨਾਂ ਨੇ ਕਿਹਾ ਵੀ ਆ ਵੀ ਸਾਡੇ ਕੇਸ ਨਹੀਂ ਕੱਟਣੇਗੇ, ਅਸੀਂ ਕੇਸ ਨਹੀਂ ਕਟਾਉਣੇਗੇ, ਪਰ ਉਹਨਾਂ ਨੇ ਉਹਨਾਂ ਨੂੰ ਹੱਥਕੜੀਆਂ ਲਾ ਕੇ ਪੰਜ ਪੰਜ ਬੰਦਿਆਂ ਨੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਕੇਸ ਕਤਲ ਕੀਤੇ। ਅੱਛਾ, ਜਦੋਂ ਵੀਰੇ ਬਲਵਿੰਦਰ ਜਦੋਂ ਜੇਲ੍ਹ ਦੇ ਵਿੱਚ ਬੰਦਾ ਚਲੇ ਗਿਆ ਉਸੇ ਟਾਈਮ ਹੀ ਕੇਸ ਕੱਟ ਦਿੰਦੇ? ਉਸੇ ਟਾਈਮ ਦੇ ਵਿੱਚ ਜਦੋਂ ਜੇਲ੍ਹ ਚੋਂ ਬਾਹਰ ਆ ਗਿਆ? ਜੇਲ੍ਹ ਦੇ ਵਿੱਚੋਂ ਬਾਹਰ ਜਦੋਂ ਆ ਗਿਆ ਉਹ ਤੁਹਾਡੀ ਮਰਜ਼ੀ ਹੈ। ਅੱਛਾ, ਉਸ ਟਾਈਮ ਰੱਖ ਸਕਦੇ ਹੋ? ਉਸ ਟਾਈਮ ਰੱਖ ਸਕਦੇ ਹੋ। ਠੀਕ ਹੈ ਤੇ ਵੀਰ ਬਲਵਿੰਦਰ ਸਿੰਘ ਜੀ, ਤੁਹਾਨੂੰ ਸਮਾਂ ਦੇਣ ਲਈ ਸਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵੀਰ ਜੀ ਦੇਖੋ, ਸਮਾਂ ਤਾਂ ਤੁਸੀਂ ਸਾਨੂੰ ਦਿੱਤਾ ਹੈਗਾ ਜਦੋਂ ਸੋਦੀ ਦੀ ਜੇਲ੍ਹ ਦੇ ਵਿੱਚ ਸੀਗੇ, ਹੁਣ ਸੋਦੀ ਤੋਂ ਬਾਹਰ ਵੀ ਆਏ, ਤੁਸੀਂ ਦੇਖ ਲਓ ਕਿੰਨਾ ਕੀਮਤੀ ਸਮਾਂ ਕੱਢ ਕੇ ਤੁਸੀਂ ਇੱਥੇ ਆਏ ਹੋ। ਅਸੀਂ ਬਹੁਤ ਬਹੁਤ ਅਸੀਂ ਧੰਨਵਾਦੀ ਤੁਹਾਡੇ ਹਾਂ ਜੀ। ਇਹ ਦੇਣ ਆ ਜਿਹੜਾ ਪੰਜਾਬ ਦਾ, ਦੇਖੋ ਕਹਿੰਦੇ ਆ ਦੇ ਦੇਣਾ, ਜਿੱਦੇ ਮੌਕਾ ਮਿਲਿਆ ਇਹ ਦੇਣ ਅਸੀਂ ਦੇਵਾਂਗੇ। ਬਸ ਇੱਕ ਪ੍ਰੇਰਣਾ ਜ਼ਰੂਰ ਦਿੰਦੇ ਹਾਂ ਨਵੀਂ ਯੂਥ ਨੂੰ, ਗੁਰਬਾਣੀ ਦੇ ਲੜ ਲੱਗੋ, ਅੰਮ੍ਰਿਤਧਾਰੀ ਬਣੋ। ਸੋ ਦੋਸਤੋ, ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ। ਅੱਜ ਅਸੀਂ ਪਹੁੰਚੇ ਸੀ ਪਿੰਡ ਮੱਲਣ, ਮੁਕਤਸਰ ਦੀ ਧਰਤੀ ਪਵਿੱਤਰ ਤੇ, ਜਿੱਥੇ ਕਿ ਮੇਰੇ ਨਾਲ ਵੀਰ ਬਲਵਿੰਦਰ ਸਿੰਘ ਨੇ, ਜਿਹੜੇ ਸਾਊਦੀ ਅਰਬ ਦੇ ਵਿੱਚ 10.5 ਸਾਲ ਜੇਲ੍ਹ ਦੇ ਵਿੱਚ ਰਹੇ ਨੇ। ਪੰਜਾਬ ਦੇ ਲੋਕਾਂ ਨੇ ਤੇ ਜਿੰਨੇ ਵੀ ਦੇਸ਼ ਵਿਦੇਸ਼ ਦੇ ਲੋਕਾਂ ਨੇ, ਜਿਹੜਾ 2 ਕਰੋੜ ਰੁਪਏ ਦੀ ਮੰਗ ਸੀ ਸਾਊਦੀ ਅਰਬ ਦੀ, ਉਹ ਪੂਰਾ ਕਰਕੇ ਇਹਨਾਂ ਦੇ ਖਾਤੇ ਦੇ ਵਿੱਚ ਪਾ ਕੇ ਉਸ ਦੂਜੇ ਪਰਿਵਾਰ ਨੂੰ ਦਿੱਤਾ ਗਿਆ। ਸੋ ਇਹਨਾਂ ਦੀ ਜਿਹੜੀ ਜਾਨ ਹੈ ਉਸ ਵਾਹਿਗੁਰੂ ਪਰਮਾਤਮਾ ਨੇ ਬਚਾ ਲਈ ਇਹਨਾਂ ਨੇ। ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ। ਸੋ ਤੁਸੀਂ ਗੱਲਬਾਤ ਸੁਣਦੇ ਸੀ ਭਾਈ ਬਲਵਿੰਦਰ ਸਿੰਘ ਪਿੰਡ ਮੱਲਣ ਮੁਕਤਸਰ ਤੋਂ, ਜਿਨ੍ਹਾਂ ਨੇ ਆਪਣੀ ਸਟੋਰੀ ਹਿਸਟਰੀ ਦੱਸੀ ਹੈ, ਘਟਨਾ ਜੋ ਵਾਪਰੀ ਸੀ ਸਾਊਦੀ ਅਰਬ ਦੇ ਵਿੱਚ। ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।